ਸਮੇਂ ਸਮੇਂ ਤੇ ਰਿਵਾਇਤੀ ਨਸ਼ੇ ਅਫੀਮ ਅਤੇ ਪੋਸਤ ਨੂੰ ਕਈ ਲੋਕਾਂ ਵੱਲੋਂ ਸਹੀ ਠਹਿਰਾਇਆ ਗਿਆ ਹੈ। ਉੱਥੇ ਹੀ ਦੂਸਰੇ ਮੈਡੀਕਲ ਅਤੇ ਸਿੰਥੈਟਿਕ ਨਸ਼ੇ ਨੌਜਵਾਨ ਪੀੜ੍ਹੀ ਦਾ ਕਾਣ ਕਰ ਰਹੇ ਹਨ। ਸਰਕਾਰ ਵੱਲੋਂ ਵੀ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਾਹਰ ਕੱਢਣ ਲਈ ਸਰਕਾਰੀ ਹਸਪਤਾਲਾਂ ਵਿੱਚ ਨਸ਼ਾ ਛੁਡਾਉਣ ਵਾਲੀ ਗੋਲੀ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ, ਪਰ ਇਹ ਨਸ਼ਾ ਛੁਡਾਉਣ ਵਾਲੀ ਗੋਲੀ ਵੀ ਕੋਈ ਅਸਰ ਨਹੀਂ ਕਰਦੀ। ਇਹ ਅਸੀਂ ਨਹੀਂ ਕਹਿ ਰਹੇ, ਇਹ ਕਹਿ ਰਹੇ ਨੇ ਨਸ਼ਾ ਕਰਨ ਵਾਲੇ ਲੋਕ। ਸ਼੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਨਸ਼ਾ ਛੱਡਣ ਲਈ ਗੋਲੀ ਲੈਣ ਆਏ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਲੋਕਾਂ ਦਾ ਕਹਿਣਾ ਸੀ ਕਿ ਨਸ਼ਾ ਛੁਡਾਉਣ ਵਾਲੀ ਗੋਲੀ ਦਾ ਸਾਨੂੰ ਕੋਈ ਵੀ ਆਰਾਮ ਨਹੀਂ ਹੈ। ਉਹਨਾਂ ਕਿਹਾ ਕਿ ਗੋਲੀ ਖਾਣ ਤੋਂ ਬਾਅਦ ਅਸੀਂ ਕੁਝ ਸਮੇਂ ਲਈ ਠੀਕ ਰਹਿੰਦੇ ਹਾਂ, ਉਸ ਤੋਂ ਬਾਅਦ ਸਾਡੇ ਸਰੀਰ ਵਿੱਚ ਨਸ਼ੇ ਦੀ ਘਾਟ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਹੈ ਤਾਂ ਰਿਵਾਇਤੀ ਨਸ਼ੇ ਅਫੀਮ ਅਤੇ ਪੋਸਤ ਦੇ ਠੇਕੇ ਖੋਲ੍ਹੇ ਜਾਣ ਤਾਂ ਕਿ ਜੋ ਨੌਜਵਾਨ ਸਿੰਥੈਟਿਕ ਅਤੇ ਮੈਡੀਕਲ ਨਸ਼ੇ ਕਰਦੇ ਹਨ ਉਹਨਾਂ ਨੂੰ ਬਚਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਜੇਕਰ ਰਿਵਾਇਤੀ ਨਸ਼ੇ ਸੌਖੇ ਮਿਲਣੇ ਸ਼ੁਰੂ ਹੋ ਜਾਣ ਤਾਂ ਲੋਕ ਕੰਮ ਕਾਰ ਵੱਲ ਵੀ ਧਿਆਨ ਦੇਣਗੇ, ਕਿਉਂਕਿ ਰਿਵਾਇਤੀ ਨਸ਼ੇ ਕਰਨ ਵਾਲਾ ਬੰਦਾ ਕੋਈ ਕ੍ਰਾਈਮ ਨਹੀਂ ਕਰਦਾ, ਸਗੋਂ ਕੰਮ ਕਾਰ ਵੱਲ ਧਿਆਨ ਦਿੰਦਾ ਹੈ। ਉਹਨਾਂ ਕਿਹਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਰਿਵਾਇਤੀ ਨਸ਼ੇ ਕਰਦੇ ਆ ਰਹੇ ਹਨ, ਜਿਸ ਨਾਲ ਸਾਡੇ ਸਰੀਰ ਤੇ ਅੱਜ ਤੱਕ ਕੋਈ ਵੀ ਬੁਰਾ ਅਸਰ ਨਹੀਂ ਪਿਆ। ਸਰ ਤੁਸੀਂ ਇੱਥੇ ਕੀ ਕਰਨਾ ਹੈ ਅੱਜ? ਇੱਥੇ ਪੋਸਟ ਮਿਲਦਾ ਨਹੀਂ ਜੀ, ਨਸ਼ੇ ਵਾਲੀਆਂ ਗੋਲੀਆਂ ਲੈ ਕੇ ਆਏ ਆ। ਅੱਛਾ ਜੀ, ਹੁਣ ਕਿੰਨੇ ਟਾਈਮ ਤੱਕ ਤੁਸੀਂ ਪੋਸਟ? 20 ਸਾਲ ਹੋ ਗਏ ਜੀ। ਪੋਸਟ ਨਾਲ ਕੀ ਤੁਹਾਡਾ ਸਰੀਰ ਕਿਸ ਤਰ੍ਹਾਂ ਰਹਿੰਦਾ? ਹਾਂਜੀ, ਪੋਸਟ ਨਾਲ ਕਿਸ ਤਰ੍ਹਾਂ ਸਰੀਰ ਰਹਿੰਦਾ ਤੁਹਾਡਾ? ਪੋਸਟ ਨਾਲ ਠੀਕ ਰਹਿੰਦੇ ਨੇ, ਗੋਲੀਆਂ ਨਾਲ ਤੇ ਤਾਂ ਫਾਰਮੈਲਿਟੀ ਜੀ ਪੂਰੀ ਹੁੰਦੀ ਹੈ ਜੀ, ਕੰਮ ਤਾਂ ਹੁੰਦਾ ਨਹੀਂ। ਦਵਾਈ ਨਾਲ ਤੁਹਾਨੂੰ ਫਰਕ ਆਇਆ ਜੀ? ਨਹੀਂ, ਕੋਈ ਫਰਕ ਨਹੀਂ, ਕੰਮ ਨਹੀਂ ਹੁੰਦਾ ਕਿਵੇਂ, ਫਾਰਮੈਲਿਟੀ ਪੂਰੀ ਕਰਦੇ ਹਾਂ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਪੰਜਾਬ ਸਰਕਾਰ ਉਹਦੇ ਬੇਨਤੀ ਕਰਦੇ ਵੀ ਪੋਸਟ ਦੇ ਠੇਕੇ ਖੁੱਲ੍ਹੇ ਜਾਣ। ਨੌਜਵਾਨ ਜਿਹੜੇ ਨਸ਼ਾ ਖਾਂਦੇ ਜੀ, ਅੰਗਰੇਜ਼ੀ ਦਵਾਈਆਂ ਦਾ ਬਹੁਤ ਬੜਾ ਅਸਰ ਪੈਂਦਾ। ਮੇਰਾ ਨਾਮ ਜਗਜੀਤ ਸਿੰਘ ਹੈ ਜੀ। ਸਰ ਤੁਸੀਂ ਕੀ ਕਰਨਾ ਹੈ ਅੱਜ ਇੱਥੇ? ਇੱਥੇ ਜੀ ਦਵਾਈ ਲੈਣ ਆਏ ਹਾਂ ਜੀ। ਕਾਹਦੀ ਜੀ? ਇਹ ਨਸ਼ਾ ਛਡਾਉਣ ਵਾਲੀ ਹੈ। ਅੱਛਾ, ਕੀ ਨਸ਼ਾ ਕਰਦੇ? ਅਸੀਂ ਪੋਸਟ ਖਾਂਦੇ ਹਾਂ ਜੀ। ਕਿੰਨੇ ਟਾਈਮ ਤੋਂ ਸਰ? ਬਹੁਤ ਜ਼ੋਰ ਹੋ ਗਏ, 10-15 ਸਾਲ ਹੀ ਹੋ ਗਏ ਖਾਂਦੇ ਨੂੰ। ਦਵਾਈ ਨਾਲ ਤੁਹਾਨੂੰ ਫਰਕ ਆਇਆ ਕੋਈ? ਨਹੀਂ ਜੀ, ਕੋਈ ਇੰਨਾ ਤਾਂ ਨਹੀਂ, ਬਸ ਇੱਕ ਟਾਈਮ ਪਾਸ ਆ ਜੀ। ਹੁਣ ਤੁਸੀਂ ਕੀ ਮੰਗ ਕਰਦੇ? ਬਸ ਮੰਗ ਇਹੀ ਹੈ ਜੀ, ਸਾਨੂੰ ਪੋਸਟ ਮਿਲਣਾ ਚਾਹੀਦਾ ਹੈ, ਸਭ ਗੋਲੀ ਚਿੱਟਾ ਬੰਦ ਹੋਣਾ ਚਾਹੀਦਾ ਜੀ। ਸਰ ਕੀ ਕਰਨਾ ਹੈ? ਦਵਾਈ ਲੈਣ ਆਇਆ ਜੀ। ਅੱਛਾ, ਕੀ ਦਵਾਈ ਨਾਲ ਫਰਕ ਆਇਆ ਜੀ? ਕੋਈ ਫਰਕ ਨਹੀਂ ਦਵਾਈ ਨਾਲ। ਅੱਛਾ, ਕੀ ਜੀ ਖਾਂਦੇ ਸੀ ਤੁਸੀਂ ਕੱਲ੍ਹ? ਪੋਸਟ ਖਾਂਦੇ ਸੀ। ਅੱਛਾ, ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਰਹੇ ਕਰਦੇ ਹਾਂ ਠੇਕੇ ਖੁੱਲ੍ਹ ਜਾਣ ਪੰਜਾਬ ਦੇ ਵਿੱਚ। ਕਪਾਲ ਸਿੰਘ ਜੀ, ਸਰ ਤੁਸੀਂ ਕੀ ਕਰਨਾ ਹੈ ਅੱਜ ਇੱਥੇ? ਇਹ ਦਵਾਈ ਲੈਣ ਆਏ ਪੋਸਟ ਛੱਡਣ ਦੀ। ਅੱਛਾ ਜੀ, ਦਵਾਈ ਨਾਲ ਕੋਈ ਫਰਕ ਆਇਆ? ਕੋਈ ਫਰਕ ਨਹੀਂ ਜੀ। ਅੱਛਾ, ਕਿੰਨੇ ਟਾਈਮ ਤੋਂ ਤੁਸੀਂ ਪੋਸਟ ਖਾਂਦੇ ਸੀ? 20-25 ਸਾਲ ਹੋ ਗਏ ਜੀ। ਅੱਛਾ, ਹੁਣ ਪੋਸਟ ਮਿਲਦੀ ਹੈ ਤੁਹਾਨੂੰ? ਨਹੀਂ ਮਿਲਦੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਪੋਸਟ ਦੇ ਠੇਕੇ ਖੁੱਲ੍ਹੇ ਜਾਣ ਜੀ। ਉਧਰ ਦੀ ਖੇਤੀ ਹੈ ਇਹ, ਸਾਡੀ ਤਾਂ ਇਹੀ ਮੰਗ ਹੈ। ਹਰਚੰਦ ਸਿੰਘ, ਤੁਸੀਂ ਕੀ ਕਰਨਾ ਹੈ ਅੱਜ ਇੱਥੇ? ਅਸੀਂ ਦਵਾਈ ਲੈਣ ਆਏ ਹਾਂ ਜਿਹੜੀ ਆ ਨਸ਼ਾ ਛੁਡਾਉਂਦੇ ਆ। ਅੱਛਾ ਜੀ, ਦਵਾਈ ਨਾਲ ਫਰਕ ਆਇਆ? ਨਹੀਂ, ਕੋਈ ਫਰਕ ਨਹੀਂ ਆਇਆ ਗਾ। ਅੱਛਾ, ਅਤੇ ਕਾਹਦਾ ਨਸ਼ਾ ਕਰਦੇ ਹੋ ਜੀ? ਅਸੀਂ ਆਪਣਾ ਫੀਮ ਖਾਂਦੇ ਸੀਗੇ। ਅੱਛਾ, ਕਿੰਨੇ ਟਾਈਮ ਤੋਂ ਜੀ? ਅਸੀਂ ਤਾਂ ਬਚਪਨ ਤੋਂ ਹੀ ਲੱਗੇ ਸੀਗੇ, 18-19 ਸਾਲ 'ਚ ਹੀ ਲੱਗ ਗਏ ਸੀ। ਅੱਛਾ ਜੀ, ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਤਾਂ ਇਹੀ ਫਿਰ ਮੰਗ ਕਰਦੇ ਹਾਂ ਵੀ ਸਾਨੂੰ ਤਾਂ ਫੀਮ ਮਿਲਣੀ ਚਾਹੀਦੀ ਹੈ, ਕਿਉਂਕਿ ਇੱਕ ਮੈਂ ਦਿਲ ਦਾ ਮਰੀਜ਼ ਹੈ। ਮੈਨੂੰ ਡਾਕਟਰ ਨੇ ਵੀ ਕਿਹਾ, ਫਰੀਦਕੋਟ ਵਾਲੇ ਨੇ, ਵੀ ਮਾੜੀ ਮਾੜੀ ਫੀਮ ਖਾਈ ਚੱਲੀ। ਅੱਛਾ ਜੀ, ਅਟੈਕ ਹੋ ਗਿਆ ਸੀਗਾ। ਹੁਣ ਫੀਮ ਮਿਲਦੀ ਹੈ ਤੁਹਾਨੂੰ? ਹੁਣ ਫੀਮ ਮਿਲਦੀ ਨਹੀਂ ਜੀ। ਅੱਛਾ, ਹੁਣ ਤੁਸੀਂ ਕੀ ਮੰਗ ਕਰਦੇ ਫਿਰ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਠੇਕੇ ਖੋਲ੍ਹੇ ਜਾਣ, ਸਾਨੂੰ ਪੂਰਾ ਫੀਮ ਮਿਲੇ ਇਹਨੇ ਨਾਲ, ਵੀ ਸਾਡਾ ਸਰੀਰ ਵਾਹਵਾ ਰਹੇ, ਤੁਰੇ ਫਿਰੀਏ,
ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3-4 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੁਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।